ਕਹਿੰਦੇ ਆਪਣੇ ਮਾਵੇਂ ਨੇ ਪੁੱਤਰਾਂ ਨਾਲ ਸ਼ਾਦੀ ਹੋਈ ਜਾਣੀ, ਸ਼ਾਦੀ ਹੋਣੇ ਨੇ ਬਾਅਦ ਜਿਸ ਵਕਤ ਸਵਾਗ ਰਾਤ ਅਸਮੀਤ ਕਿਆ ਹੋਣਾ ਕਿ ਉਹ ਕੋਸ਼ਿਸ਼ ਕਰਨਾ ਕਿ ਸੋਹਣੀ ਜੀ ਹੱਥ ਰੱਖਾਂ ਆਖਿਆ ਤੇ ਪਿੱਛਾ ਟੀਕਾ ਖਲ ਕਿਉਂ ਕਿ ਮੈਂ ਉਸ ਮਹੀਵਾਲ ਨਹੀਂ ਆ ਮਾਨਤ ਹਾਂ ਇਸਰੇ ਵਿੱਚ ਖੁਜ਼ਾਨਤ ਨਾ ਕਰਿਆ ਉਹ ਸਕਾ ਤੁਸੀਂ ਅੱਗ ਲੱਗੀ ਪਵੇ ਖੜੀ ਆਸੇ ਉਸ ਗੱਲ ਤੋਂ ਬਾਜ ਨਹੀਂ ਆਇਆ ਕਿਹੜੀ ਗੱਲ ਕੀਤੀ ਬਦਵਾ ਕਰਨੀ ਆਣੀ ਕਿ ਯਾ ਮੌਲਾ ਮੈਂ ਉਸ ਸੱਚੇ ਆਸ਼ਕ ਦੀ ਮਾਸ਼ੂਕ ਹਾਂ ਇੱਕ ਨਾਗ ਵੈ ਐਸਾ ਕਿ ਜਿਹੜਾ ਇਸਕੀ ਲੜਾ ਤੇ ਮਰੀ ਗੱਛਾ ਕੁਦਰਤ ਇਰਾਈ ਐਸੀ ਹੋਣੀ ਕਿ ਛੱਤਾਂ ਵਿੱਚੋਂ ਇੱਕ ਸੱਪ ਟਹਿਣਾ ਉਹ ਸੀਗਾ ਉਸਨੇ ਮੱਥੇ ਤੇ ਲੜਨਾ ਤੜਪੀ ਤੜਪੀ ਗਾਉਂ ਸਾ ਮਰਨਾ ਸੋਹਣੀ ਕਿਆ ਕਰਨੀ ਬਜਾਏ ਕਰ ਜਾਣੇ ਨੇ ਮਹਿਬੂਬ ਦਾ ਰਵਾਨੀ ਕਰੀ ਕਿੰਨੀ ਕਿਸ ਤਰ੍ਹਾਂ ਰਵਾਨ ਹੋਣੀ ਸਕੋਰਾ ਮਾਰਨੀ ਸੀ ਅੰਗੂਠਾ ਮਾਰਿਆ ਆਵਾਜ਼ ਕੱਚਾ ਆਇਆ ਆਖਿਆ ਵੈਰੀਆਂ ਨੇ ਵਾਇਰ ਕਰਨੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਮੈਂ ਅਚਕੇਦਾਰ ਹਾਂ ਕਿਹੜੀ ਗੱਲ ਕੀਤੀ ਸ਼ਾਦੀ ਵੀ ਮਹਿਸੂਸ ਹੋਣਾ ਕਿ ਤੇਰੀ ਸ਼ਾਦੀ ਹੋਏਗੀ ਕਿਹੜੀ ਗੱਲ ਆਖੀ ਸਭੂ ਆਖਣੀ ਮਾਈਵਾਲ ਇਹ ਗੱਲ ਮਿੱਕੀ ਨਾ ਆਖਿਆ ਕਿਉਂ ਮੇਰਾ ਔਰ ਤੇਰਾ ਨਕਾ ਹਜ਼ਰਤ ਖਿਜ਼ਰ ਨਬੀ ਪੜਿਆ ਹੋਇਆ ਦਰਿਆ ਚਨਾਬ ਨੇ ਕੰਢੇ ਤੈ ਸੋਹਣੀ ਔਰ ਮਾਈਵਾਲ ਨੂੰ ਕਿਹੜੀ ਗੱਲ ਆਖੀ ਆਣੀ ਕਿ ਸੋਹਣੀ ਔਰ ਮਾਈਵਾਲ ਨੂੰ ਮੌਤ ਵੀ ਨਹੀਂ ਵਿਛਾੜੀ ਸਕਣੀ ਕਿਉਂਕਿ ਇੱਕ ਜਾਨ ਹੈ ਦੂਏ ਦਿਨ ਜਿਸ ਵਕਤ ਜਾਣੀ ਘੜਾ ਉਹ ਕੱਚਾ ਹੋਣਾ ਤਾਂ ਖੁਰੀ ਗੱਛਣਾ ਸੋਹਣੀ ਰੂੜੀ ਗੱਛਣੀ ਆਵਾਜ਼ਾਂ ਕਿਹੜੀਆਂ ਦੇਣੀ ਹੋਣੀ ਨਹੀਵਾਲ ਨਹੀਵਾਲ ਕਰਨੀ ਜਾਣੀ ਹੋਣੀ ਆਵਾਜ਼ ਕੀ ਪੈਗਾਮ ਦੇਣੀ ਕਿ ਵਾਏ ਜਿਸ ਵਕਤ ਮੇਰੇ ਮਹਬੂਬ ਨੀ ਕੁੱਲੀ ਤੂੰ ਤੇਰਾ ਗੁਜ਼ਰੋ ਸੀ ਤੂੰ ਉਸਕੀ ਦੱਸਿਆ ਕਿ ਸੋਹਣੀ ਰੂੜੀ ਗਈ ਆ ਨਹੀਵਾਲ ਕੀ ਆਵਾਜ਼ ਪੈਗਾਮ ਦੇਣੀ ਆਣੀ ਕਿ ਤੂੰ ਬੈਠਾ ਹੋਇਆ ਸੋਹਣੀ ਰੂੜੀ ਗਈ ਆ
اٹھیا دریا نے جس طرح گزر سی اس طرف دوڑی پینا کس طرح جانا لاش ادھر جانی ہونی تو ادھر سونی نہیں لاش واپس اصلی ہونی سچے آشکا نہیں گل کیا ہونا کہ جس وقت لاشا برابر اصلیا دونیا کنڈیا بج ملی جانیا وہ گل اشکے دار نہیں بدوا قبول ہوئی ہوئی برابر آ گئی کہ تلا کمیار رہا رہ کیا ہوا کہ جس وقت لاشا چاہیے باہر کڈیا بڑا زور کیتا اے آتا جو کری جان وہ ایک وعدہ سی وعدے مطابق گل ہوئی ہوئی سی کیونکہ ایک جان سی جسم بے شک بکھو بک سن جان ایک سی کیڑی گل ہونی کہ بڑا لوکاں زور شور لایا اور لاشا نہ کری سکیا اتھا آیا تلا بڑا رویا آخیا اگر اس گل نوں مکی پتا ہار ہے یہ ایک جان ہے میں کدے بھی یہ کام نہ سا کرنا آخری شیر پیش ہے مختصر اج کل لوگوں نے کس طرح گل ہے مثال کہڑی دیتی روح سونی ڈاؤنڈیا سی مار مار